ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰੂ ਇੰਟਰਨੈਸ਼ਨਲ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਸੋਨ ਸਿੰਘ ਕੇਵਲ ਸਿੰਘ ਕੇਵਲ ਸਰਾਈ ਉਸ ਤੋਂ ਅੱਗੇ ਹੈ ਜੀ ਮੁਹੰਮਦ ਅਮੀਰ ਇੰਡੀਆ ਬਾਜ਼ਾਰ ਮਨੀ ਸੰਧੂ ਭਾਰਤ ਜਸਵਿੰਦਰ ਕੌਰ ਮਨਦੀਪ ਕੌਰ ਮਨਜੀਤ ਜਦਵਿੰਦਰ ਸਿੰਘ ਹਰਵਿੰਦਰ ਸਿੰਘ ਕਮਲ ਸੈਣੀ ਇਡਲੀ ਉਤੋਂ ਅੱਗੇ ਹੈ ਜੀ ਜਗਤਾਰ ਸਿੰਘ ਅਵਤਾਰ ਸਿੰਘ ਸਿੰਘ ਸਰੂਪ ਤੇ ਜਗਤਾਰ ਸਿੰਘ ਜੀ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੀ ਜਿਨ੍ਹਾਂ ਦੇ ਕਮੈਂਟ ਆਏ ਹਨ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਜੋ ਵੀ ਸਵਾਲ ਹਨ ਉਹ ਵੀ ਆਪਾਂ ਇਸ ਵੀਡੀਓ ਵਿੱਚ ਕਵਰ ਕਰੀਏ ਗੱਲ ਕਰ ਲਈਏ ਜਿਹੜੇ ਅੱਜ ਦੇ ਕਰੰਸੀ ਰੇਟ ਚੱਲ ਰਹੇ ਹਨ ਪੰਜ ਛੇ ਦੇਸ਼ਾਂ ਦੀ ਇਸ ਦੇ ਵਿੱਚ ਗੱਲ ਕੀਤੀ ਜਾਵੇਗੀ ਇੰਗਲੈਂਡ ਦਾ 1 ਪਾਉਂਡ 101 ਰੁਪਿਆ 67 ਪੈਸੇ ਤੇ ਇਸ ਤੋਂ ਇਲਾਵਾ ਜਿਹੜਾ ਨਿਊਜ਼ੀਲੈਂਡ ਦਾ ਡਾਲਰ 50 ਰੁਪਏ 38 ਪੈਸੇ ਯੂਰੋ ਦਾ ਰੇਟ ਜਿਹੜਾ ਅੱਜ ਦਾ 99 ਰੁਪਏ 96 ਪੈਸੇ ਚੱਲ ਰਿਹਾ ਹੈ ਬਹੁਤ ਵੀਰ ਸੋਚਦੇ ਹਨ ਕਿ ਸ਼ਾਇਦ ਜਿਹੜਾ ਹੈ ਜੀ ਸ਼ਨੀਵਾਰ ਤੇ ਐਤਵਾਰ ਨੂੰ ਜਿਹੜਾ ਇਹ ਰੇਟ ਬੰਦ ਹੋ ਜਾਂਦੇ ਹਨ ਪਰੰਤੂ ਇਸ ਤਰ੍ਹਾਂ ਨਹੀਂ ਹੁੰਦਾ ਇਹ ਜਿਹੜਾ ਰੇਟ ਹੈ ਜੀ ਹਰ ਦਿਨ ਹਰ ਟਾਈਮ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ ਕੈਨੇਡੀਅਨ ਡਾਲਰ 60 ਰੁਪਏ 18 ਪੈਸੇ ਅਮਰੀਕਨ ਡਾਲਰ 82 ਰੁਪਏ 2 ਪੈਸੇ ਤੇ ਲਾਸਟ ਵਿੱਚ ਗੱਲ ਕਰੀਏ ਆਸਟ੍ਰੇਲੀਆ ਦੇ ਡਾਲਰ ਦੀ 54 ਰੁਪਏ 34 ਪੈਸੇ ਬਿਟਕੋਇਨ 27386 ਦੇ ਉੱਤੇ ਚੱਲ ਰਿਹਾ ਤੇ ਥੀਰੀਅਮ 1821 ਡਾਲਰ ਚੱਲਦੇ ਹਾਂ ਜੀ ਆਪਣੀ ਨੈਕਸਟ ਖ਼ਬਰ ਤੇ ਨੈਕਸਟ ਖ਼ਬਰ ਜਿਹੜੀ ਆਪਣੀ ਬਹੁਤ ਹੀ ਵਧੀਆ ਖ਼ਬਰ ਹੈ ਇਦੇ ਨਾਲ ਹੋ ਸਕਦਾ ਹੈ ਕਿ ਜਿਹੜਾ ਬੰਦੇ ਦਾ ਕੁਝ ਨਾ ਕੁਝ ਮਤਲਬ ਬੰਦੇ ਨੂੰ ਫਾਇਦਾ ਮਿਲ ਸਕਦਾ ਹੈ ਜਿਹੜੇ ਲੋਕ WhatsApp ਚਲਾ ਰਹੇ ਹਨ ਹੁਣ ਤੁਸੀਂ ਫਿਲਹਾਲ ਆਪਣੇ WhatsApp 'ਤੇ ਨਜ਼ਰ ਮਾਰੋਗੇ ਤੇ ਕੀ ਦੇਖੋਗੇ ਕਿ ਤੁਹਾਡੇ ਕੋਲ ਇੱਕ ਫੋਨ ਹੈ ਉਹਦੇ ਵਿੱਚ ਇੱਕ SIM ਪਾਈ ਹੋਈ ਹੈ ਤੇ ਉਹਦੇ ਵਿੱਚ ਤੁਹਾਡਾ ਜਿਹੜਾ WhatsApp ਨੰਬਰ ਚੱਲਦਾ ਹੈ ਇਸ WhatsApp ਨੂੰ ਐਕਟੀਵੇਟ ਕਰਨ ਦੇ ਵਾਸਤੇ ਤੁਹਾਨੂੰ ਇੱਕ ਨੰਬਰ ਦੀ ਲੋੜ ਪੈਂਦੀ ਹੈ ਮਤਲਬ ਇੱਕ ਨੰਬਰ ਦੇ ਉੱਤੇ ਤੁਸੀਂ ਇੱਕ ਹੀ WhatsApp ਚਲਾ ਸਕਦੇ ਹੋ ਜੇ ਤੁਸੀਂ ਆਪਣਾ WhatsApp ਆਪਣੇ ਫੋਨ ਦੇ ਵਿੱਚ ਚਲਾਉਂਦੇ ਹੋ ਤਾਂ ਠੀਕ ਹੈ ਜੇ ਤੁਸੀਂ ਆਪਣਾ WhatsApp ਜਿੱਦਾਂ ਕਿ ਕਿਸੇ ਟੈਬਲੇਟ ਦੇ ਵਿੱਚ Android ਟੈਬਲੇਟ ਹੈ ਜਾਂ ਕੋਈ ਹੋਰ ਡਿਵਾਈਸ ਹੈ ਉਹਦੇ ਵਿੱਚ ਅਗਰ ਚਲਾਉਗੇ ਤੇ ਜਿਹੜਾ ਤੁਹਾਡਾ ਇਹ ਜਿਹੜਾ ਬੰਦ ਹੋ ਜਾਏਗਾ ਤੇ ਉਧਰ ਵਾਲਾ ਚਾਲੂ ਹੋ ਜਾਏਗਾ ਹੁਣ ਇਹਦੇ ਵਿੱਚ ਜਿਹੜੀ ਖੁਸ਼ਖਬਰੀ ਇਹ ਦੱਸੀ ਜਾ ਰਹੀ ਹੈ ਕਿ ਹੁਣ ਤੁਸੀਂ ਇੱਕ ਹੀ ਮੋਬਾਈਲ ਨੰਬਰ ਆਪਣੀ SIM ਲੈ ਕੇ ਉਹਦੇ ਵਿੱਚ ਜਿਹੜੇ ਉਸ SIM ਦੇ ਉੱਤੇ ਚਾਰ WhatsApp ਚਲਾ ਸਕਦੇ ਹੋ ਕਿਉਂਕਿ WhatsApp ਦੇ ਵੱਲੋਂ ਜਿਹੜੇ ਨਵੇਂ-ਨਵੇਂ ਫੀਚਰ ਆਏ ਜਿਨ੍ਹਾਂ ਨੂੰ ਬਹੁਤ ਤੇ ਜਲਦੀ-ਜਲਦੀ ਅੱਗੇ ਲਿਆਂਦਾ ਜਾ ਰਿਹਾ ਹੈ ਤੇ ਨਵੇਂ-ਨਵੇਂ ਜਿਹੜੇ ਅਪਡੇਟ ਉਹ ਵੀ ਆ ਰਹੇ ਹਨ ਈਸ਼ਵਰ ਜਿਹੜਾ ਇਹ ਅਪਡੇਟ ਆਇਆ ਹੈ ਇਹ ਚੰਗਾ ਅਪਡੇਟ ਹੈ ਯੂਜ਼ਰ ਦੇ ਵਾਸਤੇ ਵਧੀਆ ਹੈ ਇੱਕ ਹੀ WhatsApp account ਨੂੰ ਤੁਸੀਂ 4 devices ਤੇ ਅਲੱਗ-ਅਲੱਗ ਇਸਤੇਮਾਲ ਕਰ ਸਕਦੇ ਹੋ ਹੁਣ ਜੇ ਤੁਹਾਡੇ ਘਰ ਦੇ ਵਿੱਚ ਕੋਈ ਨੋ ਕਿ ਇਹੋ ਜਿਹਾ ਟੈਬਲੇਟ ਵਗੈਰਾ ਹੈ ਜਿਹਦੇ ਵਿੱਚ ਤੁਸੀਂ SIM ਵਗੈਰਾ ਪਾ ਸਕਦੇ ਹੋ ਜਾਂ ਨਹੀਂ ਵੀ ਪਾ ਸਕਦੇ ਜੇ ਤੁਸੀਂ ਉਹਦੇ ਵਿੱਚ ਵੀ ਜਿਹੜਾ ਆਪਣਾ WhatsApp ਚਾਲੂ ਕਰ ਸਕਦੇ ਹੋ ਜਾਂ ਕਿ ਹੋਰ ਇਹੋ ਜਿਹਾ ਫੋਨ ਜਿਹੜਾ Wi-Fi ਦੇ ਨਾਲ ਘਰ ਦੇ ਵਿੱਚ ਹੀ ਰੱਖਿਆ ਹੋਵੇ ਉਹਦੇ ਉੱਤੇ ਵੀ ਤੁਸੀਂ ਇਸ ਨੂੰ ਚਾਲੂ ਕਰ ਸਕਦੇ ਹੋ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਇਟਲੀ ਦੇ ਵਿੱਚ ਵੀ ਜਿਹੜੇ ਇੰਡੀਅਨ ਲੋਕਾਂ ਨੂੰ ਪੰਜਾਬੀ ਲੋਕਾਂ ਜਾਂ ਇੰਡੀਆ ਦੇ ਹੋਰ ਸਟੇਟਾਂ ਦੇ ਲੋਕ ਵੀ ਹਨ ਇਹਨਾਂ ਦਾ ਜਿਹੜੇ ਵੈਲਿਊ ਹੈ ਜੀ ਵਾਧਦੀ ਜਾ ਰਹੀ ਹੈ ਪਹਿਲਾਂ ਤਕਰੀਬਨ ਇੱਥੇ ਆਪਣੇ ਲੋਕਾਂ ਨੂੰ ਸਿਰਫ ਜਿੱਦਾਂ ਕਿ ਭਾਰੇ ਕਾਮ ਕਰਮੰਦੇ ਵਾਸਤੇ ਹੀ ਲੋਕ ਜਿਹੜੇ ਜਾਣਦੇ ਸਨ ਜਿੱਦਾਂ ਕਿ ਡੇਰੀ ਦਾ ਕੰਮ ਹੋ ਗਿਆ ਖੇਤੀਬਾੜੀ ਦਾ ਕੰਮ ਹੋ ਗਿਆ ਇੱਥੇ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਏਗੀ ਕਿ ਤੁਸੀਂ ਇੰਡੀਅਨ ਲੋਕਾਂ ਤੋਂ ਇਲਾਵਾ ਜਿਹੜੇ ਖਾਸ ਕਰ ਪੰਜਾਬੀ ਲੋਕਾਂ ਤੋਂ ਇਲਾਵਾ ਡੇਰੀ ਉਦਯੋਗ ਦੇ ਵਿੱਚ ਤੁਹਾਨੂੰ ਹੋਰ ਦੇਸ਼ਾਂ ਦੇ ਜਿਹੜੇ ਘਾਟੀ ਲੋਕ ਪਹਿਲਾਂ ਦੇਖਣ ਨੂੰ ਮਿਲਦੇ ਸਨ ਤੇ ਖਾਸ ਕਰ ਜੇ ਆਪਾਂ ਦੇਖੀਏ ਜਿੱਦਾਂ ਕਿ ਕੋਈ ਮਾਰਕੀਟ ਵਗੈਰਾ ਜਾਂ ਕੋਈ ਜਿਹੜੀਆਂ ਸ਼ਾਪਸ ਵਗੈਰਾ ਇਹਨਾਂ ਦੇ ਉੱਤੇ ਜਿਹੜੇ ਚਾਈਨੀਜ਼ ਲੋਕ ਜ਼ਿਆਦਾ ਕੰਮ ਕਰਦੇ ਸਨ ਪਰੰਤੂ ਹੁਣ ਸਮੇਂ ਦੇ ਨਾਲ ਨਾਲ ਕੀ ਹੋਇਆ ਕਿ ਨਵੀਂ ਪੀੜ੍ਹੀ ਜਦੋਂ ਇਟਲੀ ਦੇ ਵਿੱਚ ਆਈ ਹੈ ਹੁਣ ਜਿਹੜੇ ਇੱਥੋਂ ਦੇ ਪੰਜਾਬੀ ਲੋਕਾਂ ਦੇ ਬੱਚੇ ਜਿਹੜਿਆਂ ਨੇ ਇੱਥੇ ਸਟੱਡੀ ਕੀਤੀ ਹੈ ਉਹਨਾਂ ਨੇ ਇੱਥੇ ਪੜ੍ਹਾਈ ਲਿਖਾਈ ਕੀਤੀ ਤੇ ਹੁਣ ਜਿਹੜੀਆਂ ਵੱਡੀਆਂ ਮੱਲਾਂ ਹੰਜ ਮਾਰਨੀ ਸ਼ੁਰੂ ਕਰ ਦਿੱਤੀਆਂ ਹਨ ਹੁਣ ਜੀ ਆਪਾਂ ਪਾਇਲਟ ਦੇ ਲਾਇਸੈਂਸ ਦੀ ਗੱਲ ਕਰੀ ਤਾਂ ਪਾਇਲਟ ਦਾ ਲਾਇਸੈਂਸ ਲੈਣਾ ਮਤਲਬ ਪਾਇਲਟ ਬਣਨ ਦਾ ਜਿਹੜਾ ਲਾਇਸੈਂਸ ਹੈ ਜਿਹਨੂੰ ਹਾਸਲ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਪੰਜਾਬ ਦੇ ਨਾਲ ਸੰਬੰਧਿਤ ਇੱਕ ਲੜਕਾ ਜਿਸ ਦਾ ਨਾਮ ਹੈ ਜੀ ਅਮਰਤਪਾਲ ਸਿੰਘ ਇਸਨੇ ਪਾਰਮਾ ਤੋਂ ਇੱਕ ਜਿਹੜਾ ਡਿਪਲੋਮਾ ਹਾਸਲ ਕੀਤਾ ਜਿਹੜਾ ਕਿ ਨਾਮ ਇਸ ਦਾ ਸਰਵੀਜ਼ਿਓ ਕਮਰਸ਼ੀਅਲੀ ਇਹ ਡਿਪਲੋਮਾ ਕਰਕੇ ਉਸ ਤੋਂ ਬਾਅਦ ਜਿਹੜਾ ਇੱਥੋਂ ਦਾ 에어로 ਕਲੱਬ ਪਾਰਮਾ ਇਸ ਤੋਂ ਜਿਹੜਾ ਲਾਇਸੈਂਸ ਪ੍ਰਾਪਤ ਕੀਤਾ ਹੈ itv ਦੱਸਿਆ ਕਿ ਲੜਕਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਇਟਲੀ ਦਾ ਜਿਹੜਾ ਪਾਰਮਾ ਸ਼ਹਿਰ ਹੈ ਜਿੱਥੇ ਰਹਿ ਰਿਹਾ ਹੈ 2021 ਦੇ ਵਿੱਚ ਇਸ ਨੇ 에어로 ਕਲੱਬ ਪਾਰਮਾ ਦੇ ਵਿੱਚ ਆਪਣਾ ਐਡਮਿਸ਼ਨ ਲਿਆ ਤੇ 18 April 2023 ਨੂੰ ਪੇਪਰ ਦਿੱਤਾ ਜਿਹਦੇ ਵਿੱਚ ਇਸ ਲੜਕੇ ਨੇ ਜਿਹੜਾ ਲਾਇਸੈਂਸ ਹਾਸਲ ਕੀਤਾ ਜਦੋਂ ਕੋਈ ਵੀ ਬੰਦਾ ਜਹਾਜ਼ ਦੀ ਟਿਕਟ ਲੈਂਦਾ ਹੈ ਤੇ ਜਹਾਜ਼ ਦੇ ਵਿੱਚ ਜਦੋਂ ਐਂਟਰੀ ਕਰਦਾ ਹੈ ਜਹਾਜ਼ ਜਦੋਂ ਚੱਲਣ ਲੱਗਦਾ ਹੈ ਤਾਂ ਤਕਰੀਬਨ ਸਾਰੇ ਹੀ ਲੋਕ ਜਿਹੜੇ ਹੁੰਦੇ ਹਨ ਉਸ ਟਾਈਮ ਥੋੜਾ ਮੰਦੇ ਵਿੱਚ ਜ਼ਰੂਰ ਰੱਬ ਨੂੰ ਯਾਦ ਕਰਦੇ ਹਨ ਕਿਉਂਕਿ ਜਹਾਜ਼ ਇੱਕ ਉਹ ਜੀ ਚੀਜ਼ ਹੁੰਦਾ ਜਿਹਦੇ ਵਿੱਚ ਬੰਦਾ ਇਹੀ ਗੱਲੋਂ ਡਰਦਾ ਹੈ ਕਿ ਜੇ ਕੋਈ ਪ੍ਰੋਬਲਮ ਹੋ ਗਈ ਤੇ ਹਵਾ ਦੇ ਵਿੱਚ ਬੜੀ ਦਿੱਕਤ ਹੋ ਸਕਦੀ ਹੈ ਕਿਉਂਕਿ ਇਹ ਕੋਈ ਕਾਰ ਨਹੀਂ ਹੈ ਬੱਸ ਨਹੀਂ ਹੈ ਕਿ ਸੜਕ ਦੇ ਕਿਨਾਰੇ ਇਸ ਨੂੰ ਖੜਾ ਕਰਕੇ ਰੋਕ ਦਿੱਤਾ ਜਾਵੇ ਇਸੇ ਤਰ੍ਹਾਂ ਦੀ ਇੱਕ ਜਿਹੜੀ ਘਟਨਾ ਹੈ ਜੀ ਨੇਪਾਲ ਤੋਂ ਹੋਈ ਹੈ ਇੱਕ ਜਹਾਜ਼ ਜਿਸ ਨੇ ਕੀ ਆਪਣੀ ਉਡਾਨ ਭਰੀ ਤੇ ਜਦੋਂ ਇਸ ਨੇ ਉਡਾਨ ਭਰੀ ਤੇ ਇਸ ਤੋਂ ਕੁਝ ਸਮੇਂ ਬਾਅਦ ਜਿਹੜੀ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਇਸ ਤੋਂ ਬਾਅਦ ਯਾਤਰੀਆਂ ਦੇ ਵਿੱਚ ਵੀ ਅਫਰਾ ਤਫਰੀ ਦਾ ਜਿਹੜਾ ਮਾਹੌਲ ਬਣਦਾ ਹੈ ਯਾਤਰੀ ਜਿਹੜੇ ਹਨ ਪਰੇਸ਼ਾਨ ਹੋ ਜਾਂਦੇ ਨੇ ਕਿ ਹੁਣ ਕੀ ਹੋਵੇਗਾ ਇਹ ਫਲਾਈਟ ਜਿਹੜੀ ਨੇਪਾਲ ਤੋਂ ਡੁਬਈ ਜਾ ਰਹੀ ਸੀ ਜਿਉਂ ਇਹ ਜਹਾਜ਼ ਨੇ ਕਾਠਮੰਡੂ 에ਰਪੋਰਟ ਤੋਂ ਡਾਨ ਪਰੀ ਤਾਂ ਅਚਾਨਕ ਜਿਹੜੀ ਇਹਦੇ ਵਿੱਚ ਅੱਗ ਲੱਗਦੀ ਹੈ ਇਸ ਜਹਾਜ਼ ਨੂੰ ਅੱਗ ਲੱਗਣ ਤੋਂ ਬਾਅਦ ਜਹਾਜ਼ ਨੂੰ ਦੁਬਾਰਾ ਜਿਹੜਾ ਹੈ ਜੀ ਕਾਠਮੰਡੂ 에ਰਪੋਰਟ ਦੇ ਉੱਤੇ ਲੈਂਡ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ 에ਰਪੋਰਟ ਦੇ ਉੱਤੇ ਜਿਹੜੇ ਫਾਇਰ ਟੈਂਡਰਸ ਹੁੰਦੇ ਨੇ ਇਹਨਾਂ ਨੂੰ ਤਿਆਰ ਰੱਖਿਆ ਗਿਆ ਕੁਝ ਹੀ ਸਮੇਂ ਦੇ ਬਾਅਦ ਜਿਹੜਾ ਜਹਾਜ਼ ਨੂੰ ਉੱਥੇ ਲੈਂਡ ਕਰਾਇਆ ਗਿਆ ਤੇ ਅੱਗ ਦੇ ਉੱਤੇ ਵੀ ਕਾਬੂ ਪਾਇਆ ਗਿਆ ਇਹਦੇ ਵਿੱਚ ਜਿਹੜੀ ਖੁਸ਼ਕਿਸਮਤੀ ਕਹਿ ਸਕਦੇ ਆ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਪੁੱਛਿਆ ਗਿਆ ਕਿ ਇਟਲੀ ਦੇ ਵਿੱਚ ਜਿਹੜੀ ਪੈਨਸ਼ਨ ਹੈ ਜੇ ਇਹਦਾ ਸਾਰਤਾ ਥੋੜਾ ਦੱਸਿਆ ਜਾਵੇ ਕਿ ਇੱਕ ਬੰਦਾ ਇਟਲੀ ਦੇ ਵਿੱਚ ਕੰਮ ਕਰਦਾ ਹੈ ਕਿੰਨੀ ਇੱਕ ਪੈਨਸ਼ਨ ਜਿਹੜਾ ਪ੍ਰਾਪਤ ਕਰ ਸਕਦਾ ਹੈ ਤੇ ਇਹਦੇ ਵਿੱਚ ਤੁਹਾਨੂੰ ਇਹ ਦੱਸ ਦੀ ਕਿ ਜਿਨ੍ਹਾਂ ਲੋਕਾਂ ਨੇ ਅੱਜ ਤੋਂ ਤੱਕरीबन ਪੁਰਾਣੇ ਜਿਹੜੇ ਕੰਟੈਕਟ ਜਿਨ੍ਹਾਂ ਦੇ ਪੈਨਸ਼ਨ ਦੇ ਸਨ ਮਤਲਬ ਕਿ ਜਿਹੜੇ ਲੋਕ ਅੱਜ ਤੋਂ 40 ਸਾਲ ਅਗਰ ਆਪਾਂ ਪਿੱਛੇ ਚਲੀਏ ਇਹਨਾਂ ਦਿਨਾਂ ਦੇ ਵਿੱਚ ਕੁਝ ਲੋਕ ਰਿਟਾਇਰ ਹੋ ਰਹੇ ਹਨ ਜਿਨ੍ਹਾਂ ਨੇ ਪੁਰਾਣੇ ਸਮਿਆਂ ਦੇ ਵਿੱਚ ਇਟਲੀ ਦੇ ਵਿੱਚ 16-16 ਸਾਲ ਦੀ ਉਮਰ ਦੇ ਵਿੱਚ ਕੰਮਾਂ ਦੇ ਉੱਤੇ ਜਿਹੜੇ ਕੰਮ ਸ਼ੁਰੂ ਕਰ ਦਿੱਤੇ ਸਨ ਹੁਣ ਬੰਦਾ ਸੋਚਦਾ ਹੈ ਕਿ 18 ਸਾਲ ਦੀ ਉਮਰ ਦੇ ਵਿੱਚ ਲੋਕਾਂ ਨੂੰ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ ਤਾਂ 16 ਸਾਲ ਦੀ ਉਮਰ ਦੇ ਵਿੱਚ ਲੋਕ ਕਿਵੇਂ ਕੰਮ ਕਰਨ ਲੱਗ ਪਏ ਸੀ ਅੱਜ ਤੋਂ 40-45 ਸਾਲ ਜਿਹੜਾ ਪਿੱਛੇ ਚੱਲੀ ਹੈ ਤਾਂ ਇਸ ਤਰ੍ਹਾਂ ਹੁੰਦਾ ਸੀ ਅੱਜ ਤੁਸੀਂ ਜਿੱਥੇ ਕੰਮ ਕਰਦੇ ਹੋ ਤੁਹਾਡੇ ਹੋ ਸਕਦਾ ਹੈ ਕਿ ਨਾਲ ਦੇ ਜਿਹੜੇ ਕਰਮਚਾਰੀ ਹੋਣਗੇ ਤੁਸੀਂ ਦੇਖਿਆ ਹੋਵੇਗਾ ਕਿ 58 ਸਾਲ ਦੀ ਉਮਰ ਦੇ ਵਿੱਚ ਪੈਨਸ਼ਨ ਜਾ ਰਿਹਾ ਹੈ ਕੋਈ 59 ਸਾਲ ਦੀ ਉਮਰ ਦੇ ਵਿੱਚ ਜਾ ਰਿਹਾ ਹੈ ਜਦੋਂ ਕਿ ਉਸ ਤੋਂ ਬਾਅਦ ਜਿਹੜੇ ਨਵੇਂ ਕੰਟਰੈਕਟਸ ਹਨ ਜਿਨ੍ਹਾਂ ਦੇ ਉਸ ਤੋਂ ਬਾਅਦ ਜਿਹੜੀ ਏਜ ਹੁਣ ਵੱਧ ਚੁੱਕੀ ਹੈ ਹੁਣ ਅੱਜ ਦੀ ਏਜ 67 ਸਾਲ ਤੱਕ ਚੱਲ ਰਹੀ ਹੈ ਫਿਲਹਾਲ ਜਿਹੜਾ ਕੁਝ ਸਮਾਂ 67 ਸਾਲ ਰਹਿਣੀ ਹੈ ਜਿਵੇਂ ਲਾਈਫ ਐਕਸਪੈਕਟੈਂਸੀ ਜਿਹੜੀ ਵਾਧੀ ਹੈ ਤੇ ਇਹਦੇ ਵਿੱਚ ਜਿਹੜਾ ਪ੍ਰਾਵਧਾਨ ਕੀਤਾ ਗਿਆ ਹੈ ਕਿ ਹਰ 2 ਸਾਲ ਦੇ ਬਾਅਦ ਇਹਦੇ ਵਿੱਚ ਤਕਰੀਬਨ 3 ਕੁ ਮਹੀਨੇ ਦੀ ਜਿਹੜੀ ਵੜੋਤਰੀ ਹੋ ਸਕਦੀ ਹੈ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਜੀ 67 ਸਾਲ ਤੋਂ ਹੌਲੀ ਹੌਲੀ ਕਰਕੇ ਉੱਪਰ ਵਾਲੇ ਪਾਸੇ ਜਾ ਸਕਦੀ ਹੈ ਬਾਕੀ ਹੁਣ ਇਹ ਜਿਹੜਾ ਸਵਾਲ ਉੱਠਦਾ ਹੈ ਕਿ ਜੇ ਬੰਦਾ ਪੈਨਸ਼ਨ ਮਿਲਦੀ ਕਿੰਨੀ ਕਸ ਨੂੰ ਬੰਦੇ ਨੂੰ ਕਿੰਨੀ ਕੁ ਪੈਨਸ਼ਨ ਲੈਂਸ ਦੇ ਕਾਬਿਲ ਉਹ ਹੋ ਸਕਦਾ ਹੈ ਇਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਕੋਈ ਬੰਦਾ ਆਪਣੀ 42 ਸਾਲ ਦੀ ਜਿਹੜੀ ਕੰਟ੍ਰਿਬਿਊਟੀ ਪੂਰੀ ਕੰਟ੍ਰਿਬਿਊਟੀ ਦਿੰਦਾ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਜੀ ਤਕਰੀਬਨ ਜਿੰਨਾ ਕੁ ਪ੍ਰੈਕਟੀਕਲ ਤੌਰ ਤੇ ਦੇਖਿਆ ਗਿਆ ਹੈ ਕਿਸੇ ਬੰਦੇ ਨੂੰ ਜਿਨ੍ਹਾਂ ਦੇ ਕੰਟੈਕਟ ਵਧੀਆ ਸਨ ਕਈ ਲੋਕ ਜਿਹੜੇ 1400 1500 ਤੱਕ ਵੀ 0 ਤੱਕ ਜਿਹੜੀ ਪੈਨਸ਼ਨ ਇਟਲੀ ਦੇ ਵਿੱਚ ਲੈ ਰਹੇ ਹਨ ਤੇ ਕਈਆਂ ਦੀ ਪੈਨਸ਼ਨ ਜਿਹੜੀ ਹੈ ਜੀ 1200 0 ਤੱਕ ਹੀ ਰੁਕ ਜਾਂਦੀ ਹੈ ਤੇ ਕਈ ਇਹੋ ਜਿਹੇ ਬੰਦੇ ਵੀ ਦੇਖੇ ਗਏ ਹਨ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹੈ ਪੂਰੇ ਇੱਦਾਂ ਕਿ 40 45 ਸਾਲ ਜਿਹੜੀ ਕੰਟ੍ਰਿਬਿਊਟੀ ਪੇ ਕੀਤੀ ਹੈ ਤੇ ਜਿਹੜੀ ਉਹਨਾਂ ਦੀ ਪੈਨਸ਼ਨ ਹੈ ਜੀ ਤਕਰੀਬਨ 1100000 1100 ਦੇ ਉੱਤੇ ਆਈ ਹੈ ਤੇ ਜੇ ਹੁਣ ਕੋਈ 20 ਸਾਲ ਬੰਦਾ ਕੰਮ ਕਰਦਾ ਤੇ ਉਸ ਤੋਂ ਬਾਅਦ ਕਿੰਨੀ ਇੱਕ ਪੈਨਸ਼ਨ ਮਿਲ ਸਕਦੀ ਹੈ 20 ਸਾਲ ਦੀ ਉਮਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ 600 ਯੂਰੋ 6 700 ਯੂਰੋ ਤੱਕ ਦੀ ਜਿਹੜੀ ਪੈਨਸ਼ਨ ਹੈ ਜਿਸ ਦੀ ਸੰਭਾਵਨਾ ਆਪਾਂ ਆਸ ਰੱਖ ਸਕਦੇ ਹਾਂ ਬਾਕੀ ਇਹ ਵੀ ਪੱਕੀ ਗੱਲ ਨਹੀਂ ਹੈ ਕਿ 600 700 ਕਿਉਂਕਿ ਇਹਦੇ ਵਿੱਚ ਵੀ ਡਿਪੈਂਡ ਕਰਦਾ ਹੈ ਜਿੱਦਾਂ ਕਿ ਪਹਿਲਾਂ ਤਾਂ ਹੁੰਦੱਸਿਆ ਕਿ 1500 ਯੂਰੋ ਤੋਂ ਲੈ ਕੇ ਕਈ ਵਾਰ ਪੈਨਸ਼ਨ ਕਈਆਂ ਨੂੰ 1000 ਯੂਰੋ ਤੱਕ ਵੀ ਮਿਲ ਸਕਦੀ ਹੈ ਇਸੀ ਤਰ੍ਹਾਂ 20 ਸਾਲ ਦੇ ਉੱਤੇ ਵੀ ਜਿਹੜਾ ਇਹ ਨਿਯਮ ਲਾਗੂ ਹੁੰਦਾ ਹੈ ਹੋ ਸਕਦਾ ਹੈ ਕਿ ਕਿਸੇ ਨੂੰ 700 ਮਿਲ ਜਾਵੇ ਕਿਸੇ ਦੀ ਜਿਹੜੀ ਪੈਨਸ਼ਨ ਹੈ ਜੀ ਤਕਰੀਬਨ 500 ਜੂਰੋ ਤੱਕ ਹੀ ਪਹੁੰਚੇ ਇੱਕ ਹੋਰ ਵੀਰ ਨੇ ਸਵਾਲ ਪੁੱਛਿਆ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਆਪਣਾ ਮਕਾਨ ਲੈਣਾ ਠੀਕ ਹੈ ਜਾਂ ਨਹੀਂ ਠੀਕ ਹੈ ਤੇ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਮਕਾਨ ਅੱਜ ਤੋਂ ਕੁਝ ਸਮਾਂ ਪਹਿਲਾਂ ਲੈ ਲਏ ਹਨ 15 ਸਾਲ ਪਹਿਲਾਂ ਜਿਨ੍ਹਾਂ ਨੇ ਖਰੀਦੇ ਸਨ ਉਹਨਾਂ ਦਿਨਾਂ ਦੇ ਵਿੱਚ ਮਕਾਨਾਂ ਦੇ ਰੇਟ ਜਿਹੜੇ ਬਹੁਤ ਘੱਟ ਸਨ ਤੇ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਸੋਨੇ ਤੇ ਇੱਕ ਸੁਹਾਗਾ ਸੀ ਕਿਉਂਕਿ ਜਿਹੜਾ ਵਿਆਜ ਵੀ ਬ ਜੇ ਇਹਨਾਂ ਨੇ ਲੱਖ ਯੂਰੋ ਦਾ ਵਿਆਜ ਆਪਣਾ ਜਿੱਦਾਂ ਕੀ ਮੂਤੂਜ ਨੂੰ ਆਪਾਂ ਬੈਂਕ ਦਾ ਲੋਨ ਕਹਿੰਦੇ ਆ ਉਹ ਲਿਆ ਤੇ ਉਹਦੇ ਉੱਤੇ ਬਹੁਤ ਜਿਹੜਾ ਘੱਟ ਵਿਆਜ ਦਿੱਤਾ ਹੁਣ ਕੀ ਹੋਇਆ ਹੈ ਕਿ ਜੇ ਤੁਸੀਂ ਹੁਣ ਦੇ ਸਮੇਂ ਦੇ ਵਿੱਚ ਕੋਈ ਮਕਾਨ ਖਰੀਦਣ ਦੇ ਬਾਰੇ ਸੋਚਦੇ ਹੋ ਜਿਹੜੀ ਕਿਸ਼ਤ ਹੈ ਜੀ ਬਹੁਤ ਜ਼ਿਆਦਾ ਉੱਪਰ ਜਾ ਸਕਦੀ ਹੈ ਵਿਆਜ ਬਹੁਤ ਜ਼ਿਆਦਾ ਉੱਪਰ ਵੱਧ ਚੁੱਕਾ ਹੈ ਹੁਣ ਤਾਂ ਇਸ ਤਰ੍ਹਾਂ ਹੋ ਚੁੱਕਾ ਕਿ ਜਿਨ੍ਹਾਂ ਲੋਕਾਂ ਦੀ ਪਹਿਲਾਂ ਕਿਸ਼ਤ ਤਕਰੀਬਨ 400 450 ਯੂਰੋ ਚੱਲਦੀ ਸੀ ਉਹਨਾਂ ਲੋਕਾਂ ਦੀਆਂ ਕਿਸ਼ਤਾਂ ਤਕਰੀਬਨ 700 ਯੂਰੋ ਤੱਕ ਵੀ ਪਹੁੰਚ ਚੁੱਕੀਆਂ ਹਨ ਇਦੇ ਵਿੱਚ ਵੀ ਤਾਸੂਫੀ ਸੋ ਤਾਸੂ ਵਾਰੀਆਂ ਵੀ ਲੇ ਜਿਹੜਾ ਹੈ ਜੀ ਇਹਦਾ ਚੱਕਰ ਪਿਆ ਹੈ ਬਾਕੀ ਗੱਲ ਪੱਕੀ ਹੈ ਕਿ ਵਿਆਜ ਇਸ ਟਾਈਮ ਕਾਫੀ ਵੱਧ ਚੁੱਕਾ ਹੈ ਤੇ ਪੈਸੇ ਜਿਹੜੇ ਹਨ ਕਾਫੀ ਵਾਧੂ ਦੇਣੇ ਪੈ ਰਹੇ ਹਨ ਸੋ ਫਿਲਹਾਲ ਜਿਹੜਾ ਹੈ ਜੀ ਵੇਟ ਕਰਨੀ ਚੰਗੀ ਗੱਲ ਹੈ ਅਗਰ ਆਉਣ ਵਾਲੇ ਸੋਮੇ ਦੇ ਵਿੱਚ ਜਿਹੜੇ ਰੇਟ ਘਟਦੇ ਹਨ ਵਿਆਜ ਵਗੈਰਾ ਦੇ ਤੇ ਫਿਰ ਜਿਹੜਾ ਮਕਾਨ ਲੈਣਾ ਠੀਕ ਹੈ ਬਾਕੀ ਗੱਲ ਕਰ ਲਈਏ ਪੰਜਾਬ ਤੋਂ ਜਿਹੜੀ ਬੈਡ ਨਿਊਜ਼ ਹੈ ਜੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਡੈਥ ਹੋ ਚੁੱਕੀ ਹੈ ਬਾਕੀ ਵੀਡੀਓ ਦੇ ਲਾਸਟ ਵਿੱਚ ਇੱਕ ਜਿਹੜੀ ਬੇਨਤੀ ਜ਼ਰੂਰ ਕਰਨੀ ਹੈ ਕਿ ਜਿਹੜੇ ਸਾਡੇ ਵੀਰ ਵੀ ਇਸ ਵੀਡੀਓ ਨੂੰ ਸੁਣ ਰਹੇ ਹਨ ਜਾਂ ਚੈਨਲ ਨੂੰ ਜਿਹੜੇ ਜਾਣਦੇ ਹਨ ਇਹਦੇ ਵਿੱਚ ਵੀਡੀਓ ਦੇ ਵਿੱਚ ਲਾਸਟ ਵਿੱਚ ਕਮੈਂਟ ਜ਼ਰੂਰ ਕਰਨ ਜੇ ਕੋਈ ਸਾਡਾ ਵੀਰ ਪੈਨਸ਼ਨਿਸਟ ਇਸ ਟਾਈਮ ਇਟਲੀ ਵਿੱਚ ਲੈ ਰਿਹਾ ਹੈ ਜਾਂ ਉਸ ਨੂੰ ਕੋਈ 20 ਸਾਲ ਦੀ ਨੌਕਰੀ ਕਰਕੇ ਕੋਈ ਪੈਨਸ਼ਨ ਲੈ ਰਿਹਾ ਹੈ ਜਾਂ ਫੁੱਲ ਜਿਹੜੀ ਨੌਕਰੀ ਕੀਤੀ ਹੈ ਜੋ ਵੀ ਇਹਦੇ ਬਾਰੇ ਜਾਣਕਾਰੀ ਹੈ ਜੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਨੈਕਸਟ ਵੀਡੀਓ ਵਿੱਚ ਜਿਹੜੇ ਤੁਹਾਡੇ ਨਾਮ ਵੀ ਬੁਲੇ ਜਾਣਗੇ ਤੇ ਤੁਹਾਡੇ ਜਿਹੜੇ ਜੋ ਵੀ ਆਨਸਰ ਹੋਣਗੇ ਆਪਾਂ ਉਹਨਾਂ ਨੂੰ ਵੀ ਐਕਸਪਲੇਨ ਕਰਾਂਗੇ ਤੁਸੀਂ ਆਪਣਾ ਜਰੂਰ ਦੱਸਿਓ ਕਿ ਕਿੰਨੇ ਸਾਲ ਸਰਵਿਸ ਕੀਤੀ ਤੇ ਕਿੰਨੀ ਪੈਨਸ਼ਨ ਮਿਲਦੀ ਹੈ ਬਾਕੀ ਤੁਸੀਂ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਨੈਕਸਟ ਵੀਡੀਓ ਲੈ ਕੇ ਫੇਰ ਮਿਲਦੇ ਆਂ ਧੰਨਵਾਦ